ਅੱਜ ਬੱਕਰਿਆਂ ਦਾ ਸ਼ਿਕਾਰ ਕਰਨੇ ਆ। ਚੌਧਰੀ ਸਾਹਿਬ ਖੁਸ਼ ਪਏ ਹੋਣਗੇ। ਇੱਧਰ ਇੱਧਰ ਆ ਜਾ ਫਿਰ। ਹੋਰ ਸੋਹਣੇ ਹੋ, ਇੱਧਰ ਤੇ ਆਓ। ਕਿੱਧਰ ਨੱਸ ਗਿਆ ਜੀ? ਉਹ ਚੱਲ ਜੱਗੂ, ਉਹ ਫੜ ਲੈ ਸਾਰਿਆਂ ਨੂੰ, ਉਹ ਫੜ ਲੈ। ਚੌਧਰੀ ਸਾਹਿਬ ਜਨਰਲਾਂ ਤੇ ਕਿਉਂ ਜ਼ੁਲਮ ਕਰ ਰਿਹਾ? ਓਏ ਬਕਵਾਸ ਬੰਦ ਕਰ ਓਏ। ਆਪਣੇ ਹੱਥ ਰੋਕ ਲੈ ਤਾਰਾ, ਤੇਰੀ ਇੱਥੇ ਹੀ ਕਬਰ ਬਣਾ ਦਿਆਂ ਗਈ। ਓਏ ਤਾਰਿਆ, ਓਏ ਇਸ ਪਿੰਡ ਦੇ ਵਿੱਚ ਹਰ ਕੋਈ ਰਹਿਣ ਵਾਲਾ ਓਏ ਉਸੇ ਅੱਖ ਨਾਲ ਵੇਖੀਦਾ ਏ, ਪਰ ਤੁਹਾਡੀਆਂ ਅੱਖਾਂ 'ਚ ਓ ਕੋਈ ਹਯਾ ਨਹੀਂ ਰਹੀ। ਓ ਹੁਣ ਸਿੱਧਾ ਹੋ ਜਾਏ, ਤੇਰੇ ਨਾਲ ਮੈਂ ਮੱਥਾ ਲਵਾਂਗਾ। ਓ ਮਜ਼ਲੂਮਾਂ ਤੇ ਜ਼ੁਲਮ ਕਰਨਾ ਛੱਡ ਦਿਓ ਬਗੈਰ ਤੋਂ। ਓ ਠਹਿਰ ਜਾ ਤਾਰਿਆ, ਕਸਮ ਹੈ ਜਵਾਨੀ ਦੀ, ਇਹਨਾਂ ਨੇ ਮੈਨੂੰ ਕਿਹਾ ਫੇਰ ਨੰਮਾ। ਓ ਨਹੀਂ ਹੈ ਛੋਟੇ, ਇਹਨਾਂ ਨੂੰ ਅੱਜ ਦੱਸਾਂ। ਓ ਤਾਰਾ ਮੌਤ ਤੂੰ ਚਾਹਨਾ ਹੈ, ਜੇ ਪਿੰਡ ਦੇ ਵਿੱਚ ਰਹਿਣਾ ਚਾਹਨਾ ਹੈ ਤੇ ਚੁੱਪ ਚਾਪ ਕਰਕੇ ਰਹਿ ਓਏ। ਮਜ਼ਲੂਮਾਂ ਨੂੰ ਛੇੜਨਾ ਤੇ ਉਹਨਾਂ ਦੇ ਨਾਲ ਜ਼ੁਲਮ ਕਰਨਾ, ਓਏ ਇਹ ਨਾ ਤੇਰੀ ਤੇ ਨਾ ਮੇਰੀ, ਓਏ ਇਸ ਪਿੰਡ ਦੀ ਤੋਹੀਨ ਹੈ। ਤੇ ਆਪਣੇ ਚੌਧਰੀ ਨੂੰ ਜਾ ਕੇ ਦੱਸ ਦੋ ਓਏ ਨਾਦਰ ਤੇ ਹੈਦਰ, ਜੇ ਵਿੱਚ ਹੀ ਹੋ ਗਿਆ ਤੇ ਉਹਦੇ ਬੱਚੇ ਤੱਕ ਮਾਰ ਦੇਗਾ। ਓ ਤੂੰ ਚੌਧਰੀ ਦੇ ਗੱਲ ਸਿਕਰ ਜਾ ਰਿਹਾ, ਸਾਡਾ ਨਾਲ ਮੱਥਾ ਲਾਵੇ ਤੇ ਫੇਰ ਤੈਨੂੰ ਸ਼ੇਰ ਮਨਾ। ਬਕਵਾਸ ਬੰਦ ਕਰ ਕੁੱਤਿਆ। ਸਾਡੇ ਨਾਲ ਤੁਰਮ ਕਰਕੇ ਤੈਨੂੰ ਬੜਾ ਮਹਿੰਗਾ ਪੈਣਾ ਜੇ ਨਹੀਂ ਲਾਲਾ। ਇਹਨਾਂ ਨੂੰ ਅਸੀਂ ਨਿਪੁਣ ਲਵਾਂਗੇ। ਕਾਨੂੰਨ ਦੇ ਹਵਾਲੇ ਕਰਦੇ ਹੋਏ ਤੂੰ ਗ੍ਰਿਫਤਾਰੀ ਲੈਣਾ ਗਿਆ? ਮੇਰਾ ਭਰਾ ਜ਼ਖਮੀ ਹੈ। ਓਏ ਮੈਂ ਤੇ ਮਜ਼ਲੂਮ ਦੀ ਮਦਦ ਕਰਦੇ ਕਰਦੇ ਓਏ ਮੇਰਾ ਭਰਾ ਜ਼ਖਮੀ ਹੋ ਗਿਆ। ਸਾਹਿਬ ਓਏ ਉਹਨਾਂ ਕੋਲ ਚਾ ਜਿਹੜੇ ਇਹਨਾਂ ਨੂੰ ਜ਼ਖਮੀ ਕਰਕੇ ਟੁੱਟ ਗਏ ਨੇ। ਤੇ ਨਾਲੇ ਸਾਹਿਬ ਬਦਲ, ਇਹ ਚੌਧਰੀਆਂ ਨੇ ਜਿਹੜੇ ਜੁਏ ਖਾਣੇ ਤੇ ਨਾਲੇ ਸ਼ਰਾਬਾਂ ਦੇ ਅੱਡੇ ਖੋਲੇ ਨੇ, ਉਹ ਪਹਿਲੇ ਉਹਨਾਂ ਤੇ ਅੱਖ ਚੁੱਕ ਕੇ ਵੇਖੋ ਤੇ ਫੇਰ ਸਾਡੇ ਵਰਗਿਆਂ ਨਾਲ ਗੱਲ ਕਰਨਾ। ਤੇਰੇ ਭਰਾ ਦਾ ਹਾਲ ਕਿਹਨੇ ਕੀਤਾ? ਓਏ ਜੇ ਹਾਲ ਪੁੱਛਣਾ ਹੀ ਸਾਹਿਬ, ਓਏ ਤੇ ਉਹ ਜਗੀਰਦਾਰ ਦੀ ਹਵੇਲੀ 'ਚ ਜਾ ਓਏ ਜਿਹਨੇ ਮੇਰੇ ਭਰਾ ਦਾ ਇਹ ਹਾਲ ਕੀਤਾ। ਓ ਚੌਧਰੀ ਦਾ ਨਾਂ ਦੱਸੋ। ਓਏ ਚੌਧਰੀ ਦਾ ਨਾਂ ਪੁੱਛਾਂ ਹੀ ਤੇ ਉਸ ਚੌਧਰੀ ਦੀ ਹਵੇਲੀ 'ਚ ਜਾ ਓਏ ਜਿਹੜੇ ਚੌਧਰੀ ਦਾ ਨਾਂ ਅਹਿਮਦ ਖਾਨ ਹੈ, ਅਹਿਮਦ ਖਾਨ ਹੈ। ਓਏ ਉਹਦਾ ਭਰਾ ਤਾਰਾ, ਉਹਦਾ ਭਰਾ ਮੰਗੂ, ਓਏ ਜਿਹਨਾਂ ਨੇ ਮੇਰੇ ਭਰਾ ਦਾ ਹਾਲ ਕੀਤਾ ਹੈ। ਓਏ ਜੱਗ ਮਾਹੀ ਦਾ ਵਸੇ ਤੇ ਕੋਈ ਰੋਵੇ ਤੇ ਕੋਈ ਹੱਸੇ। ਸਲਾਮ ਏ ਲਾਲਾ। ਓਏ ਵਾਲੇਕੁਮ ਸਲਾਮ ਛੋਟੇ। ਓਏ ਛੋਟੇ
ਓਏ ਬੰਦਿਆਂ ਤੇ ਨਜ਼ਰ ਰੱਖਣਾ ਹੈ ਜਾਂ ਨਹੀਂ? ਲਾਲਾ ਪੂਰੇ ਪਿੰਡ ਚ ਤੇਰੇ ਚਰਚੇ ਨੇ ਤੇ ਪੂਰੇ ਪਿੰਡ ਚ ਓਏ ਤੇਰਾ ਖੌਫ ਵੀ ਹੈ। ਤੇ ਓਏ ਬੜਾ ਥੱਕ ਕੇ ਆਏ ਹੋਗੇ, ਓਏ ਆਜੋ ਬੈਠ ਕੇ ਗੱਲ ਕਰ ਲਈ। ਚੌਧਰੀ ਸਾਹਿਬ, ਤੁਹਾਡੇ ਹੁਕਮ ਦੇ ਨਾਲ 7 ਪਿੰਡਾਂ ਦੇ ਵਿੱਚ ਸ਼ਰਾਬ ਦੇ ਅੱਡੇ ਖੋਲ ਦਿੱਤੇ ਗਏ। ਸਾਡੇ ਬੰਦੇ ਪੂਰੇ ਪਿੰਡ ਦੇ ਵਿੱਚ ਦੇਸੀ ਨੂੰ ਵਿਲਾਤੀ ਕਰਕੇ ਸ਼ਰਾਬ ਵੇਚੀ ਜਾ ਰਹੇ ਨੇ। ਹਰ ਪਾਸੇ ਅਹਿਮਦ ਖਾਨ ਹੋਵੇਗਾ। ਓਏ ਦਾਰੇ, ਸਾਡਾ ਟੱਲੀ ਨੀ ਨਜ਼ਰ ਆਉਂਦਾ, ਪਤਾ ਨੀ ਮਰ ਗਿਆ। ਓ ਟੱਲੀ ਜ਼ਰਾ ਵੇਖ, ਟੱਲੀ ਓ ਟੱਲੀ ਓ ਟੱਲੀ। ਅਰੇ ਚੋਰੀ ਸਾਹਿਬ, ਕਿੱਥੇ ਮਰ ਗਿਆ ਥਾ ਸਾਹਿਬ? ਮੈਂ ਤੇ ਪੱਠਿਆਂ ਦੇ ਵਿੱਚ ਕੰਡੇ ਲੜਵਾ ਕੇ ਤੁਹਾਡੇ ਕੋਲ ਡਿੱਗਦਾ ਡਿੱਗਾਂਗੇ। ਚੌਧਰੀ ਸਾਹਿਬ, ਮਾਵਾਂ ਟਾਡਾ ਨਾਂ ਲੈ ਕੇ ਆਪਣੇ ਬੱਚੇ ਨੂੰ ਡਰਾਉਂਦੀਆਂ ਨੇ। ਬੱਚਿਓ, ਆਬਦ ਖਾਨ ਆ ਜਾਏਗਾ ਤੇ ਤੁਹਾਨੂੰ ਖਾ ਜਾਏਗਾ। ਓਏ ਤੇ ਸੁਣਿਆ ਉਹਨਾਂ ਨੇ CID ਵਾਲਿਆਂ ਦੀ ਡਿਊਟੀ ਲਾ ਦਿੱਤੀ ਏ ਓਏ ਤਫਤੀਸ਼ ਲਈ। ਓਏ ਪਹਿਲੇ ਤੇ SHO ਨੂੰ ਆਬਦ ਖਾਨ ਨੇ ਖਰੀਦ ਲਿਆ ਸੀ। CID ਵਾਲੇ ਵੀ ਕੀ ਚੀਜ਼ ਨੇ? ਓਏ ਤੇ ਫੇਰ ਕੀ ਹੋਇਆ? ਓਏ ਦਾਰਾ ਤੇ ਗਈ, ਓ ਮੌਤ ਦਾ ਦੂਜਾ ਨਾ ਏ। ਤੁਸੀਂ ਫਿਕਰ ਨਾ ਕਰੋ ਮੁੰਡਿਓ, ਜਿਹੜਾ ਵੀ ਆਏਗਾ ਮੈਂ ਨਿਭੜ ਲਾਂਗਾ ਆਪੇ। ਚੌਧਰੀ ਸਾਹਿਬ, ਸੁਣਿਆ CID ਵਾਲੇ ਬੜੇ ਖਤਰਨਾਕ, ਚ ਇੱਕ ਬੰਦਾ ਹੈ ਗੋਲੀ ਪਹਿਲੇ ਮਾਰਦਾ ਹੈ ਤੇ ਗੱਲ ਬਾਅਦ ਚ ਸੁਣਦਾ। ਟਾਈਗਰ ਬਾਬਾ, ਬੰਦਾ ਆ ਕੇ ਸਾਨੂੰ ਡਰਾ ਰਿਹਾ, ਜੰਮਿਆ ਨਹੀਂ ਜਿਹੜਾ ਅਹਿਮਦ ਖਾਨ ਨੂੰ ਅੱਖ ਚੁੱਕੇ ਬੈਠੇ। ਠੀਕ ਹੈ ਚੌਧਰੀ ਸਾਹਿਬ, ਤੁਸੀਂ ਜਾਣੋ ਜਾਂ ਤੁਹਾਡਾ ਕੰਮ ਜਾਣੋ। CID ਵਾਲੇ ਆ ਗਏ ਨੇ। ਟਾਈਗਰ ਸਾਹਿਬ ਜੀ ਆਇਆਂ ਨੂੰ, ਓਏ ਬੜਾ ਨਾ ਸੁਣਿਆ ਤੇਰਾ। ਟਾਈਗਰ ਬਾਬਾ, ਲੋਕੀ ਕਹਿੰਦੇ ਨੇ ਕਿ ਤੂੰ ਗੋਲੀ ਪਹਿਲੇ ਮਾਰਨਾ ਤੇ ਗੱਲ ਬਾਅਦ ਚ ਕਰਨਾ। ਤੂੰ ਠੀਕ ਸੁਣਿਆ ਅਹਿਮਦ ਖਾਨ ਸਾਹਿਬ, ਬੜਾ ਗਰਮ ਆਇਆ, ਓਏ ਇਹਦੇ ਵਾਸਤੇ ਠੰਡੇ ਦਾ ਇੰਤਜ਼ਾਮ ਕਰ। ਓਏ ਕੀ ਚੋਰੀ ਸਾਹਿਬ, ਅਹਿਮਦ ਖਾਨ ਅਸੀਂ ਚਾਹ ਪਾਣੀ ਪੀ ਨਹੀਂ, ਤੈਨੂੰ ਗ੍ਰਿਫਤਾਰ ਕਰਨ ਆਏ ਆ। ਬਾਬਾ ਤੇਰਾ ਮਕਸਦ ਤੇ ਅਸੀਂ ਸਮਝ ਗਏ, ਪਰ ਸਾਡਾ ਜ਼ੁਰਮ ਕੀ? ਅਹਿਮਦ ਖਾਨ, ਪਹਿਲੇ ਆਪਣੇ ਛੋਟੇ ਭਰਾ ਮੰਗੂ ਨੂੰ ਮੇਰੇ ਅੱਗੇ ਪੇਸ਼ ਕਰ ਜਿਹਨੇ ਸ਼ਰਾਬ ਦੇ ਅੱਡੇ ਖੋਲੇ। ਤੂੰ ਉਹਨੂੰ ਲੈ ਜਾ।
ਪਰ ਅੱਜ ਸ਼ਾਮੋ ਸ਼ਾਮ ਮੈਂ ਸਟੇਰੇ ਚ ਲੈ ਕੇ ਆਵਾਂਗਾ। ਤੈਨੂੰ ਗ੍ਰਿਫਤਾਰ ਕਰ ਲਓ।